ਜੰਮੂ ਕਸ਼ਮੀਰ ਦੇ ਪੰਪੋਰ ਪੁਲਿਸ ਸਟੇਸ਼ਨ ਤੋਂ ਬਾਹਰ ਨਿਕਲਣ ਤੋਂ ਬਾਅਦ ਸਪੈਸ਼ਲ ਪੁਲਿਸ ਦੇ ਇੱਕ ਅਫਸਰ ਦੇ AK-47 ਰਾਈਫਲ ਸਮੇਤ ਲਾਪਤਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਮਾਮਲੇ ਸੰਬੰਧੀ ਵਧੇਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਸੰਯੁਕਤ ਰਾਸ਼ਟਰ ਚ ਭਾਰਤੀ ਮੂਲ ਦੀ ਅਮਰੀਕੀ ਰਾਜਦੂਤ ਨਿੱਕੀ ਹੈਲੇ 2 ਦਿਨਾਂ ਦੌਰੇ ਤੇ ਭਾਰਤ ਪਹੁੰਚੀ ਹੈ। ਇਸ ਦੌਰਾਨ ਉਹਨਾਂ ਨੇ ਦਿੱਲੀ ਵਿਖੇ ਸਥਿਤ ਹਿਮਾਯੂ ਦੇ ਮਕਬਰੇ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਭਾਰਤ ਵਾਪਸ ਆ ਕੇ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ। ਬਾਗਾ ਪੁਰਾਣਾ ਦੇ ਕਾਲੇਕੇ ਸੜਕ ਦੇ ਨਜ਼ਦੀਕ ਸੁਸਾਇਟੀ ਵਾਲੀ ਗਲੀ ਚ ਰਹਿੰਦੇ ਇੱਕ ਨੌਜਵਾਨ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਹਿਚਾਣ 28 ਸਾਲਾ ਪ੍ਰਗਟ ਸਿੰਘ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਨੇ ਅੱਜ ਤੜਕੇ ਖੁਦ ਨੂੰ ਗੋਲੀ ਮਾਰ ਲਈ। ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਚ ਡਾਲਰ ਦੇ ਮੁਕਾਬਲੇ ਰੁਪਿਆ 30 ਪੈਸੇ ਡਿੱਗੇ 19 ਮਹੀਨਿਆਂ ਦੇ ਹੇਠਲੇ ਪੱਧਰ 68.54 ਦੇ ਪੱਧਰ ਤੇ ਆ ਗਿਆ। 29 ਨਵੰਬਰ 2016 ਤੋਂ ਇਹ ਗ੍ਰੀਨ ਬੈਂਕ ਦੇ ਮੁਕਾਬਲੇ ਰੁਪਏ ਦਾ ਸਭ ਤੋਂ ਹੇਠਲਾ ਪੱਧਰ ਹੈ। ਭਾਰਤ ਨਾਲ ਅਗਲੇ ਹਫਤੇ ਹੋਣ ਵਾਲੀ ਪਹਿਲੀ 2+2 ਵਾਰਤਾ ਤੋਂ ਠੀਕ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਲੀ ਤੇ ਇੱਕ ਵਾਰ ਫਿਰ ਅਮਰੀਕੀ ਉਤਪਾਦਾਂ ਤੇ 100% ਦਰਾਮਦ ਡਿਊਟੀ ਲਗਾਉਣ ਦਾ ਦੋਸ਼ ਲਗਾਇਆ ਹੈ। ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੇ DSP ਸਤਪਾਲ ਸਿੰਘ ਦੀ ਅਗਵਾਈ ਹੇਠ ਬੀਤੀ ਰਾਤ ਟੀ ਪੁਆਇੰਟ ਚੋਲਾ ਸਾਹਿਬ ਦੇ ਮੋੜ ਤੇ ਮੋਟਰਸਾਈਕਲ ਤੇ ਆ ਰਹੇ 3 ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਕੀਤੀ ਗਈ। ਇਸ ਮੌਕੇ 3 ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਰੂਸ ਦੀ ਪੁਲਿਸ ਨੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਸ਼ਹਿਰ ਰੋਸਤੋਵ ਆਨ ਡਾਨ ਦੇ ਇੱਕ ਹੋਟਲ 'ਚ ਬੰਬ ਹੋਣ ਦੇ ਸ਼ੱਕ ਦੇ ਚੱਲਦਿਆਂ ਇਸ ਨੂੰ ਖਾਲੀ ਕਰਵਾ ਲਿਆ। ਆਲਮੀ ਮੰਚ ਤੇ ਅਲੱਗ ਥਲੱਗ ਪਿਆ ਰੂਸ ਫੀਫਾ ਵਿਸ਼ਵ ਕੱਪ ਰਾਹੀਂ ਆਪਣੇ ਅਕਸ ਨੂੰ ਸਥਿਰ ਤੇ ਮਜ਼ਬੂਤ ਦੇਸ਼ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਵਿੱਚ ਹੈ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ 29 ਜੂਨ ਨੂੰ ਮੌਨਸੂਨ ਦਿੱਲੀ ਵਿੱਚ ਪੁੱਜੇਗਾ। ਫਿਲਹਾਲ ਮੌਨਸੂਨ ਉੜੀਸਾ ਪੱਛਮੀ ਬੰਗਾਲ ਵੱਲ ਵੱਧ ਰਿਹਾ ਹੈ। 30 ਜੂਨ ਤੱਕ ਮੌਨਸੂਨ ਗੁਜਰਾਤ ਦੇ ਕੱਛ ਨੂੰ ਛੱਡ ਕੇ ਪੂਰੇ ਭਾਰਤ ਵਿੱਚ ਫੈਲ ਜਾਵੇਗਾ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ RJD ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਫੋਨ ਤੇ ਉਹਨਾਂ ਦੀ ਸਿਹਤ ਦੇ ਬਾਰੇ 'ਚ ਜਾਣਕਾਰੀ ਹਾਸਲ ਕੀਤੀ ਤਾਂ ਪਟਨਾ ਦੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਹੋਣ ਲੱਗੀ। ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਸਖਤ ਸੁਰੱਖਿਆ ਵਿਚਕਾਰ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ ਰਵਾਨਾ ਹੋਇਆ। ਯਾਤਰੀਆਂ ਦਾ ਇਹ ਪਹਿਲਾ ਜਥਾ ਕਸ਼ਮੀਰ ਦੇ 2 ਆਧਾਰ ਕੈਂਪ ਬਾਲਟਾਲ ਅਤੇ ਪਹਿਲਗਾਮ ਲਈ ਰਵਾਨਾ ਹੋਇਆ ਹੈ।